ਸਦਰ ਅਵਤਾਰ ਸਿੰਘ ਪੰਨੂ ਸਮਾਜ ਦੇ ਅਜਿਹੇ ਇਨਸਾਨਾਂ ਵਿੱਚੋਂ ਸਨ ਜਿਨ੍ਹਾਂ ਨੂੰ ਸਮਾਜ ਕਦੇ ਵੀ ਨਹੀਂ ਭੁੱਲ ਸਕਦਾ। ਆਪ ਜੀ ਬਹੁਤ ਹੀ ਸ਼ਾਂਤ ਅਤੇ ਮਿੱਠ ਬੋਲੇ ਸੁਭਾਅ ਦੇ ਮਾਲਕ ਸਨ। ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀਆਂ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਅਸੀਂ ਆਪ ਜੀ ਦੇ ਸਮੁੱਚੇ ਪਰਿਵਾਰ ਵਿੱਚੋਂ ਦੇਖ ਸਕਦੇ ਹਾਂ। ਆਪ ਜੀ ਦਾ ਸਮੁੱਚਾ ਪਰਿਵਾਰ ਮਿੱਠ ਬੋਲੜਾ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਸਰਦਾਰ ਅਵਤਾਰ ਸਿੰਘ ਪੰਨੂ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ਼੍ਰੀ ਸਾਧ ਸੰਗਤ ਜੀ ਫੈਕਟਰੀ ਏਰੀਆ ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਤਿਗੁਰੂ ਜੀ ਦੀ ਬਾਣੀ ਦੇ ਉਹਨੂੰ ਵਡਿਆਇਆ, ਮਰਦਾ ਮਰਦਾ ਜਗ ਦੂਆ ਮਰ ਵੀ ਨਾ ਜਾਣਾ, ਕੋਈ ਐਸੀ ਮਰਨੀ ਜੋ ਮਰੈ ਬਹੁਤ ਨਾ ਮਰਨਾ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੋ ਕੌਣ ਹੈ ਪਰ ਹਮਾਰ। ਕਬੀਰ ਸਾਹਿਬ ਜੀ ਕਹਿੰਦੇ ਮੋਹੇ ਮਰਨੇ ਕਾ ਚਾਉ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਨਾ ਤੇ ਜਗ ਜਗਣਾ। ਵਾਹਿਗੁਰੂ ਜੀ ਦੇ ਨਾਮ ਦੇ ਨਾਲ ਆਪਣੇ ਚਿੱਤ ਜੋੜੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਨਾਰਾ ਕਿਆ। ਇਹ ਸੰਸਾਰ ਦੀ ਰਚਨਾ ਝੂਠੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਮਾਣ ਕੀਤਾ ਜਗ ਰਚਨਾ ਸਭ ਝੂਠ ਹੈ, ਜਾਨ ਲਿਹੋਰੇ ਮੀਤ। ਇਹ ਸੰਸਾਰ ਦੀ ਰਚਨਾ ਝੂਠੀ ਹੈ ਤੇ ਫਿਰ ਸੱਚ ਕੀ ਹੈ ਸਤਿਗੁਰੂ ਜੀ? ਸਤਿਗੁਰੂ ਜੀ ਕਹਿੰਦੇ ਨਾਮ ਰਹਿਓ ਸਾਧੂ ਖਿਆਲ ਕਰੀਏ ਤੇ ਸਮਝ ਗਰੀਬੀ ਦੇ ਨਾਲ ਆ ਜਾਏਗੀ। ਸਤਸੰਗ ਜੀ, ਸਤਿਗੁਰੂ ਜੀ ਕਹਿੰਦੇ ਆਦਿ ਸੱਚ ਜਦੋਂ ਸਮਾਂ ਬਣਿਆ, ਆਦਿ ਭਾਵ ਜਦੋਂ ਸਮਾਂ ਬਣਿਆ ਉਦੋਂ ਤੋਂ ਵਾਹਿਗੁਰੂ ਜੀ ਦਾ ਨਾਮ ਸੱਚ ਹੈ। ਜੁਗਾਦ ਸੱਚ ਜਦੋਂ ਜੁਗਾਂ ਦਾ ਆਦ ਹੋਇਆ, ਜਦੋਂ ਜੁਗਾਂ ਦੀ ਪ੍ਰਾਰੰਭਤਾ ਹੋਈ ਉਦੋਂ ਵੀ ਪਰਮਾਤਮਾ ਦਾ ਨਾਮ ਸੱਚ ਸੀ ਤੇ ਨਾਨਕ ਹੋਸੀ ਕੀ ਸੱਚ। ਉਸ ਵਾਹਿਗੁਰੂ ਜੀ ਦਾ ਨਾਮ ਸਦਾ ਹੀ ਸੱਚ ਰਹਿਣਾ। ਭਾਈ ਤੂੰ ਵੀ ਉਸ ਨਾਮ ਦੇ ਨਾਲ ਜੁੜ, ਕਿਉਂਕਿ ਉਹ ਨਾਮ ਹੀ ਲੋਕ ਅਤੇ ਪ੍ਰਲੋਕ ਦੇ ਵਿੱਚ ਸੁਹੇਲਾ ਬਣਦਾ ਹੈ। ਅਰਜੋ ਜੀ ਸਤਨਾਮ ਸ਼੍ਰੀ ਸ੍ਰੀਮਾਨ ਰਾਮ ਭਗਤੀ
ਦੇਹਸ ਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੇ। ਸੰਸਾਰ 'ਚ ਇੱਕ ਤੈਨੂੰ ਇਹ ਆਰਜ਼ਾ ਮਿਲੀ ਹੈ ਕਾਜ ਸਵਾਰ ਦੇ ਵਾਸਤੇ, ਕਿਉਂਕਿ ਜਿਸ ਜਾਮੇ ਵਿੱਚ ਆ ਕੇ ਤੂੰ ਪਰਿਪੂਰਨ ਪਰਮਾਤਮਾ ਦੀ ਬੰਦਗੀ ਨਾ ਕਰ ਸਕਿਆ, ਜਿਸ ਜਾਮੇ ਵਿੱਚ ਆ ਕੇ ਤੂੰ ਆਪਣੀ ਬੁੱਧ ਮੁਤਾਬਕ ਆਪਣੇ ਆਪ ਨੂੰ ਢਾਲ ਨਾ ਸਕਿਆ, ਤੈਨੂੰ ਉਹ ਅਵਸਰ ਸਤਿਗੁਰੂ ਜੀ ਨੇ ਪ੍ਰਦਾਨ ਕੀਤਾ। ਆਖੋ ਜੀ ਸਤਨਾਮ ਸ੍ਰੀ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕੀਤੇ। ਮਾਤਾ ਗੁਜਰੀ ਸੇਵਾ ਸੁਸਾਇਟੀ ਵੱਲੋਂ ਬੀਬੀ ਜੀ ਨੇ 2 ਮਿੰਟ ਲਗਾਉਣੇ ਹਨ, ਮੈਂ ਉਹਨਾਂ ਚਰਨਾਂ ਨੂੰ ਬੇਨਤੀ ਕਰਾਂਗਾ। ਜੁਗ ਜੁਗ ਟਲਦੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਵਿੱਚ ਬੈਠੀ ਗੁਰੂ ਨੂੰ ਸਾਧ ਸੰਗਤ ਦੀ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦਾ ਫਰਮਾਨ ਹੈ, ਕਿਆ ਰਹਿਣਾ ਕਿ ਮਰੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਜਿਸ ਇਨਸਾਨ ਨੂੰ ਸ਼ਬਦ ਬਾਣੀ ਨਾਮ ਨਾਲ ਜੁੜੇ ਹੋਣ, ਕਹਿੰਦੇ ਹਨ ਕਿ 1000 ਖੂਹੇ ਦਾ ਡੰਗ ਮਾਰੇ ਤਾਂ ਜਿੰਨੀ ਪੀੜ ਹੁੰਦੀ ਹੈ ਓਨਾ ਇਨਸਾਨ ਨੂੰ ਪ੍ਰਾਣ ਤਿਆਗਣ ਲੱਗਿਆ ਦਰਦ ਹੁੰਦੀ ਹੈ। ਲੇਕਿਨ ਜਦੋਂ ਇਨਸਾਨ ਸ਼ਬਦ ਬਾਣੀ ਨਾਲ ਜੁੜਿਆ ਹੋਵੇ ਤਾਂ ਉਹ ਪੀੜ ਮਹਿਸੂਸ ਨਹੀਂ ਹੁੰਦੀ, ਉਹ ਅਕਾਲ ਪੁਰਖ ਨਾਲ ਜੁੜੇ ਹੁੰਦੇ ਹਨ, ਇਸ ਕਰਕੇ ਸਹਿਲਾ ਮਰਨਾ ਹੋ ਜਾਂਦਾ ਹੈ। ਬੀਬੀ ਜਸਪਾਲ ਕੌਰ ਜੀ ਮਾਤਾ ਗੁਜਰੀ ਸੇਵਾ ਸੁਸਾਇਟੀ ਦੇ ਮੈਂਬਰ ਸਨ। ਇਹ ਮੈਂਬਰ ਸੁਸਾਇਟੀ ਦੇ ਇਹ ਤਾਂ ਹੀ ਸਮਾਂ ਦੇ ਸਕਦੇ ਹਨ, ਤਾਂ ਹੀ ਟਾਈਮ ਕੱਢ ਸਕਦੇ ਹਨ ਜੇ ਉਹਨਾਂ ਦੇ ਘਰ ਵਾਲੇ ਸਾਥ ਦੇਣ। ਪੰਨੂ ਸਾਹਿਬ ਦਾ ਬੜਾ ਹੀ ਸਹਿਯੋਗ ਸੀ ਉਹਨਾਂ ਨੂੰ, ਤਾਂ ਹੀ ਉਹ ਟਾਈਮ ਕੱਢ ਸਕਦੇ ਸਨ ਮਾਤਾ ਗੁਜਰੀ ਸੇਵਾ ਸੁਸਾਇਟੀ ਵਾਸਤੇ। ਮਾਤਾ ਗੁਜਰੀ ਸੇਵਾ ਸੁਸਾਇਟੀ ਹਰ ਮਹੀਨੇ ਦੇ 3 ਸ਼ਨੀਚਰਵਾਰ ਨੂੰ ਵੱਖ ਵੱਖ ਥਾਵਾਂ 'ਤੇ ਸਮਾਗਮ ਕਰਦੇ ਹਨ। ਹਰ ਮਹੀਨੇ ਦੇ ਅਕੀਲੇ ਐਤਵਾਰ ਨੂੰ ਗੁਰਦੁਆਰਾ ਗੁਰਦੁਆਰਾ ਸਾਹਿਬ, ਗੁਰੂ ਤੇਗ ਬਹਾਦਰ ਨਿਵਾਸ, ਫ੍ਰੀ ਮੈਡੀਕਲ ਕੈਂਪ, ਸੰਗਤ ਦੇ ਸਹਿਯੋਗ ਨਾਲ ਫ੍ਰੀ ਚੈੱਕਅਪ ਆਉਂਦਾ ਹੈ, ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਹੁਣ ਮੈਂ ਮਾਤਾ ਗੁਜਰੀ ਸੇਵਾ ਸੁਸਾਇਟੀ ਵੱਲੋਂ ਬੀਬੀ ਗੁਰਮਾਤ ਕੌਰ ਮਾਤਾ ਗੁਜਰੀ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਉਹਨਾਂ ਦੇ ਬੇਟੇ ਨੂੰ ਸਿਰੋਂ ਪਾਉਂਦੇ ਹਨ। ਜੇਕਰ ਕਿਸੇ ਨਾਲ ਦੁੱਖ ਸਾਂਝਾ ਕੀਤਾ ਜਾਏ ਤਾਂ ਦੁੱਖ ਘੱਟ ਜਾਂਦਾ ਹੈ। ਇੱਥੇ ਜਿੰਨੀ ਵੀ ਸੰਗਤ ਬੈਠੀ ਹੈ ਸਭ ਨੇ ਅਰਦਾਸ ਕਰਨੀ ਹੈ ਕਿ ਪੰਨੂ ਸਾਹਿਬ ਨੂੰ ਅਕਾਲ ਪੁਰਖ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ।